ਫਿਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਨ ਸਕੱਤਰ ਬੋਲਦਾ ਜੀ ਅੱਜ ਸਿੰਘੂ ਬਾਰਡਰ ਤੋਂ ਤੁਹਾਡੇ ਨਾਲ ਫਿਰ ਲਾਈਵ ਹੋ ਰਹੇ ਆ ਤੇ ਅੱਜ 10 ਦਸੰਬਰ ਆ ਔਰ ਇੱਕ ਮਹਾਨ ਦੇਣ ਆ ਪੰਜਾਬ ਦੇਸ਼ ਦੇ ਕਿਸਾਨਾਂ ਮਜ਼ਦੂਰਾਂ আর ਦੁਨੀਆ ਵਾਸਤੇ ਸਾਡੀ ਸੂਬਾ ਕਮੇਟੀ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਹੜੇ ਆਪਣੇ ਸਾਂਝੇ ਫੈਸਲੇ ਉਹਨਾਂ ਤੋਂ ਬਾਅਦ ਸਾਰਾ ਕੁਝ ਜਾਇਜ਼ਾ ਲਾ ਕੇ ਵੇਖਿਆ ਤੇ ਅੱਜ ਪ੍ਰੋਗਰਾਮ ਜਿਹੜੇ ਬਣਾਏ ਮੈਂ ਤੁਹਾਡੇ ਨਾਲ ਉਹਦੇ ਤੇ আর ਜੋ ਕੁਝ ਇਸ ਖੋਲਨੇ ਕਰਕੇ ਵਿਖਾਲਿਆ ਉਹਦੇ ਤੇ ਗੱਲਬਾਤ ਕਰਨੀਆਂ ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਸਾਡੀ ਗੱਲਬਾਤ ਜਾਂਦੀ ਰਹੇ ਸਭ ਤੋਂ ਪਹਿਲੋਂ ਇਹ ਦੁਨੀਆ ਦੇਸ਼ ਤੇ ਪੰਜਾਬੀਆਂ ਨੂੰ ਇੱਕ ਮਾਣ ਵਾਲੀ ਗੱਲ ਆ ਵੀ ਦੁਨੀਆ ਦੇ ਸਭ ਤੋਂ ਵੱਡੇ ਹੰਕਾਰੀ ਮੰਨੇ ਜਾਂਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਕਿਸਾਨ ਮਜ਼ਦੂਰ ਲਹਿਰ ਨੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਜਿਹੜੇ ਕਹਿੰਦੇ ਸੀ ਵੀ મોદી ਹੈ ਤਾਂ ਮੁਮਕਨ ਹੈ ਉਹ ਪੰਜਾਬੀਆਂ ਨੇ ਧੂਲ ਚਟਾ ਕੇ ਰੱਖ ਦਿੱਤੀ ਆ ਤਾਂ ਇਹ ਬਹੁਤ ਵੱਡੀ ਫਤਿਹ ਆ ਖੇਤੀ ਦੇ ਤਿੰਨ ਕਾਨੂੰਨ ਵਾਪਸ ਕਰਾਉਣਾ ਅਰੇ ਇਹਦੇ ਵਿੱਚ ਪੂਰੀ ਦੁਨੀਆ ਦੇ ਲੋਕਾਂ ਦਾ ਆਪਣਾ ਇੱਕ ਸਹਿਯੋਗ ਆ ਪੰਜਾਬੀਆਂ ਦਾ ਧਾਰਮਿਕ ਜਥੇਬੰਦੀਆਂ ਦਾ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਆ ਤੇ ਚਲੋ ਮੈਂ ਅਖੀਰ ਤੇ ਦਿਨ ਬਾਰੇ ਗੱਲ ਕਰੂੰਗਾ ਤਾਂ ਸਭ ਤੋਂ ਪਹਿਲਾਂ ਭਰਾਓ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਆ ਵੀ ਜਿਹੜਾ ਸਾਡਾ ਵਾਪਸੀ ਹੋਣੀ ਆ ਇੱਕ ਫਤਿਹ ਮਾਰਚ ਕੱਢਣਾ ਵਾ ਇੱਕ ਤਾਂ ਅੱਜ ਆਪਣੀ ਜਥੇਬੰਦੀ ਇੱਥੇ ਸਨਮਾਨ ਸਮਾਗਮ ਜਿਹੜਾ ਵਾ ਸਿੰਘੂ ਸਟੇਜ ਤੇ ਕਰੇਗੀ ਜਿਹੜੇ ਵੀ ਸਾਡੇ ਸਹਿਯੋਗੀਆਂ ਨੇ ਬਹੁਤ ਵੱਡਾ ਇੱਥੇ ਸਾਡਾ ਸਾਥ ਦਿੱਤਾ ਵਾ ਸਾਡੇ ਨਾਲ ਖੜੇ ਆ ਉਹਨਾਂ ਦਾ ਸਨਮਾਨ ਕਰਾਂਗੇ ਅਸੀਂ ਅੱਜ ਤਾਂ ਇੱਕ ਮਾਨਵ ਅਧਿਕਾਰ ਕਮੰਤਰੀ ਮਾਨਵ ਅਧਿਕਾਰ ਦੇ ਆੜਾ ਉਹਨੂੰ ਮਨਾਵਾਂਗੇ ਆਪਦੀ ਸਟੇਜ ਦੇ ਉੱਤੋਂ ਔਰ ਇਹ ਤੋਂ ਬਾਅਦ ਜੜਾਵਾ 11 ਤੇ 12 ਤਰੀਕ ਨੂੰ ਕਿਉਂਕਿ ਬਹੁਤ ਸਾਰੀਆਂ ਸਾਡੇ ਖਿਲਾਫ ਅਜੇ ਵੀ ਪਾਬੰਦੀਆਂ ਤੁਹਾਨੂੰ ਅਗਲੇ ਦਿਨਾਂ 'ਚ ਦਿਖਾ ਲੂੰਗਾ ਵੀ ਮੋਰਚਾ ਮੁੱਕ ਗਿਆ ਔਰ ਦੇਖੋ ਪਾਬੰਦੀਆਂ ਸਾਡੇ ਖਿਲਾਫ ਕਿੰਨੀਆਂ ਆਲੇ ਵੀ ਸਾਡੇ ਸਟੇਜ ਤੇ ਕਿੰਨੀਆਂ ਪਾਬੰਦੀਆਂ ਨੇ ਤੇ ਉਹਦੇ ਲਈ ਅਸੀਂ ਜੜਾ ਵਾ 11 ਤੇ 12 ਤਰੀਕ ਨੂੰ ਇਹ ਸਿੰਘੂ ਬਾਰਡਰ ਪੂਰੀ ਤਰ੍ਹਾਂ ਖਾਲੀ ਕਰਾਂਗੇ ਸਾਨੂੰ ਪਤਾ ਵੀ ਕੋ ਖੁੱਖਾ ਵੀ ਰਹਿ ਗਿਆ ਇੱਥੇ ਤਾਂ ਉਹਦੇ ਵਿੱਚ ਕੋਛ ਵੀ ਅਜਿਹਾ ਬਖਾ ਕੇ ਕੱਲ ਨੂੰ ਬਜ਼ਨਾਮ ਕਰਨਗੇ ਇਸ ਅੰਦੋਲਨ ਨੂੰ ਤੇ ਪੂਰੀ ਤਰ੍ਹਾਂ ਸਿੰਘੂ ਬਾਰਡਰ 11 12 ਨੂੰ ਮੇਲਾ ਕਰਾਂਗੇ ਤੇ 13 ਤਰੀਕ ਨੂੰ ਜੜੀਆਂ ਵੀ ਇੱਥੇ ਗੱਡੀਆਂ ਆਪਾਂ ਜਿੰਨੀਆਂ ਕਿ ਮੰਗਾਈਆਂ ਮੈਂ 10 ਵੀ ਗੱਡੀਆਂ ਥੋੜੇ ਬੰਦੇ ਸੈਂਕੜੇਕ ਬੰਦੇ ਅਸੀਂ ਸਵੇਰੇ 8 ਵਜੇ ਰਕਾਬगंज ਸਾਹਿਬ ਤੇ ਸੀਸਗੰਜ ਸਾਹਿਬ ਨਤਮਸਤਕ ਹੋਵਾਂਗੇ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਖਤਾਂ ਤੇ ਤੇ ਉਦੋਂ ਬਾਅਦ ਪੰਜਾਬ ਨੂੰ ਚਾਲੇ ਪਾਏ ਜਾਣਗੇ 13 ਤਰੀਕ ਨੂੰ ਸਵੇਰੇ ਸਾਡਾ ਫਤਿਹ ਮਾਰਚ ਇੱਥੋਂ ਸ਼ੁਰੂ ਹੋਊਗਾ ਫਿਰ ਅਸੀਂ ਸੋਨੀਪੱਥ ਪਾਣੀਪੱਥ ਕਰਨਾਲ ਸ਼ਾਹਬਾਦ ਅੰਮ੍ਰਾਲਾ ਜਿੰਨੇ ਵੀ ਟੋਲ ਪਲਾਜੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਆ ਬਹੁਤ ਸਾਰਾ ਪਿਆਰ ਆ ਬਹੁਤਿਆਂ ਨੂੰ ਭਰਾਓ ਫੋਨਾਂ ਚ ਲੱਭ ਨਹੀਂ ਰਹੇ ਚਲੋ ਜਿਵੇਂ ਜਿਵੇਂ ਜਿੱਥੇ ਜਿੱਥੇ ਕਿਸੇ ਦਾ ਪ੍ਰੋਗਰਾਮ ਹੋਊਗਾ ਅਸੀਂ ਸਾਰਿਆਂ ਦਾ ਮਾਨਤਾਨ ਕਰਦੇ ਜਾਵਾਂਗੇ ਸਾਰੇ ਲੋਕਾਂ ਨੂੰ ਮਿਲਦੇ ਤਾਂ ਬਹੁਤ ਵੱਡਾ ਥਾਂ ਪਿਆਰ ਆ ਹਰੇਕ ਬੰਦੇ ਦਾ ਸਾਡੇ ਕੋਲ ਅੱਗੇ ਜਿਹੜੇ ਸੜਕ ਤੇ ਹੋਣਗੇ ਅਸੀਂ ਉਹਨੂੰ ਕਿਸੇ ਨੂੰ ਵੀ ਨਾ ਨਹੀਂ ਕਰਦੇ ਹੈਗੇ ਤਾਂ ਫਿਰ ਅੰਮਾਲੇ ਤੋਂ ਬਾਅਦ ਸ਼ਾਮ ਨੂੰ ਫਤੇਗੜ ਸਾਹ ਸ਼ਹੀਦਾਂ ਦੀ ਧਰਤੀ ਉੱਥੇ ਜਿਹੜਾ ਨਤਮਸਤਕ ਹੋਵਾਂਗੇ ਸਰਹੰਦ ਤੇ ਉੱਥੇ ਸ਼ਹੀਦਾਂ ਨੂੰ ਸਮਰਪਿਤ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜ਼ਮੀਨਾਂ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਰੇ ਫਤੇ ਬਹੁਤ ਵੱਡੀ ਫਤੇ ਹੋਈ ਆ ਤੋ ਸੀਦਾ ਦੀ ਧਰਤੀ ਨੂੰ ਨਮਨ ਕਰਾਂਗੇ ਔਰ ਫਤਿਹ ਉਹਨਾਂ ਨਾਲ ਸਮਰਪਿਤ ਕਰਾਂਗੇ ਵੀ ਤੁਸੀਂ ਜਿਹੜੇ ਰਾਹ ਬਖਾਏ ਸੀ ਉਹਨਾਂ ਰਾਹਾਂ ਤੇ ਚੱਲ ਕੇ ਏਡੀ ਵੱਡੀ ਫਤਿਹ ਹੋ ਰਹੀ ਆ ਤੋ ਅਸੀਂ 13 ਨੂੰ ਸ਼ਾਮ ਪਹੁੰਚਾਂਗੇ ਫਤਿਹਗੜ ਸਾਹਿਬ 14 ਨੂੰ ਸਾਡਾ ਜੜਾ ਫਤਿਹ ਮਾਰਚ ਆ ਉਹ ਜੜਾ ਵਾ ਉਥੋਂ ਸ਼ੁਰੂ ਹੋਊਗਾ ਇਹ ਫਿਰ ਚੱਲੂਗਾ ਪੰਜਾਬ ਨੂੰ ਤਾਂ ਸਾਨੂੰ ਬਹੁਤ ਸਾਰੇ ਫੋਨ ਆ ਰਹੇ ਕਾਲੇ ਪੰਜਾਬ ਵਾਲੇ ਵੀ ਕਿਹੜੇ ਬਲੇ ਪੰਜਾਬ ਨੂੰ ਆਉਣਾ ਤਾਂ ਅਸੀਂ ਵੀ ਤੁਹਾਨੂੰ ਵੈਲਕਮ ਕਰਨਾ ਵਾ ਤੁਹਾਡੇ ਨਾਲ ਨਾਲ ਫਤਿਹਮਾਰ ਵਿੱਚ ਇਤਿਹਾਸਿਕ ਜਿਹੜਾ ਮਾਰਚ ਹੋਣਾ ਫਤਿਹਮਾਰ ਚ ਜਿੰਨਾ ਲੋਕਾਂ ਦੇ ਉਤਸ਼ਾਹ ਵਾ ਪੰਜਾਬ ਵਾਲਿਆਂ ਦਾ ਦੇਸ਼ ਵਾਸੀਆਂ ਦਾ ਉਹ ਵੇਖਣ ਹੀ ਆਲਾ ਤਾਂ ਸਾਸੀ ਜਿਹੜੇ ਆਪਣੇ ਮਾਲਵੇ ਦੇ ਜ਼ਿਲ੍ਹੇ ਆ ਫਿਰੋਜ਼ਪੁਰ ਆ ਮੋਗਾ ਵਾ ਫਾਜ਼ਿਲਕਾ ਵਾ ਥੋੜੇ ਜਿਹੇ ਸਾਡੇ ਨਾਲ ਮੁਕਸਰ ਤੇ ਫਰੀਦਕੋਟ ਵਾਲੇ ਵੀ ਹੈਗੇ ਆ ਉਹਨਾਂ ਸਾਰਿਆਂ ਨੂੰ ਦਰਾਹੇ ਜਾਂ ਮਨਜੀ ਸਾਹਿਬ ਆਜਣਗੇ ਜਾਂ ਉੱਥੇ ਖੜੇ ਰਹਿਣਗੇ ਉੱਥੇ ਕਿਹਵਾਪੀ ਤੁਸੀਂ 14 ਨੂੰ ਉੱਥੇ ਸਾਨੂੰ ਮਿਲੋਗੇ ਤਾਂ ਅਸੀਂ ਯਤਨ ਕਰਾਂਗੇ ਵੀ ਸਵੇਰੇ ਫਤੇਗੜ ਸਾਹਿਬ ਤੋਂ 8-9 ਵਜੇ ਦੇ ਵਿੱਚ ਵੀ ਸਾਡੀ ਰਵਾਨਗੀ ਹੋ ਜੇ ਟਾਈਮ ਨਾ ਪਹੁੰਚਿਆ ਜਾ ਸਕੇ ਤਾਂ ਉੱਥੇ ਇਹ ਤੋਂ ਗਾਂ ਫਿਰ ਲੁਧਿਆਣਾ ਲੁਧਿਆਣੇ ਤੋਂ ਗਾਂ ਫਿਰ ਫਲਾਉਰ ਫਲਾਉਰ ਦੇ ਵਿੱਚ ਵੀ ਸਾਨੂੰ ਇੱਕ ਵੱਡਾ ਹਿੱਸਾ ਜਲੰਧਰ ਦਾ ਮਿਲੂਗਾ ਕੁਝ ਹਿੱਸਾ ਕਪੂਰਥਲੇ ਦਾ ਨੇੜੇ ਲੱਗਦਾ ਇਹ ਤੋਂ ਗਾਂ ਫਿਰ ਜਲੰਧਰ ਦੇ ਵਿਖੇ ਹਾਰਪੁਰ ਜ਼ਿਲ੍ਹਾ ਸਾਨੂੰ ਮਿਲੂਗਾ ਆ ਕੇ ਤਾਂ ਇਹ ਤੋਂ ਗਾਂ ਫਿਰ ਜਿਹੜਾ ਜਲੰਧਰ ਅਸੀਂ ਨੰਗਦੇ ਆਂ ਜਲੰਧਰ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮ ਹੋਣਗੇ ਫੋਨ ਆਏ ਆ ਗਾਂਹਾਂ ਜਾ ਕੇ ਫਿਰ ਪਲੱਥ ਏਰੀਆ ਜਿਹੜਾ ਵਾ ਸਾਨੂੰ ਉਹ ਸੁਬਾਨਪੁਰ ਮੋੜ ਤੇ ਇਕੱਠਾ ਹੋਮ ਗਿਰਗਾ ਲਗਭਗ ਕਪੂਰਥਲਾ ਜ਼ਿਲ੍ਹਾ ਜਿਹੜਾ ਉੱਥੇ ਨੇੜੇ ਲੱਗਦਾ ਹੈਗਾ ਇਹ ਤੋਂ ਗਾਂ ਢਿਲਵਾ ਵਾ ਫਿਰ ਬਿਆਸ ਪੁਲਿਆ ਬਿਆਸ ਪੁਲ ਤੇ ਤਰਨਤਾਰਨ ਦੇ ਨਾਲ ਲੱਗਦੇ ਇਲਾਕੇ ਸਾਡੇ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕੇ ਤੇ ਉਧਰੋਂ ਗਰਦਾਸਪੁਰ ਜ਼ਿਲ੍ਹਾ ਇੱਥੇ ਸਾਨੂੰ ਉੱਥੇ ਹੋਊਗਾ ਸ਼ਾਇਦ ਦੁਪਹਿਰ ਦਾ ਸਮਾਂ ਹੋ ਜਾਵੇ ਉੱਥੇ ਜਾਂਦਿਆਂ ਤੱਕ ਤਾਂ ਇਹ ਤੋਂ ਗਾਂਹ ਫਿਰ ਜੰਡਿਆਲਾ ਗੁਰੂ ਤਰਨਤਾਰਨ ਜ਼ਿਲ੍ਹਾ ਉਧਰੋਂ ਸ਼ਾਮਲ ਹੋਊਗਾ ਆਪਣੇ ਨਾਲ ਆਪਣੇ ਪ੍ਰੋਗਰਾਮਾਂ ਦੇ ਵਿੱਚ ਤਾਂ ਬਾਕੀ ਅੰਮ੍ਰਿਤਸਰ ਜ਼ਿਲ੍ਹਾ ਗੋਲਡਨ ਗੇਟ ਤੇ ਹੋਊਗਾ ਤੇ ਸ਼ਾਮ ਸ਼ਾਇਦ ਸ਼ਾਮਾਂ ਉੱਥੇ ਤੱਕ ਚਲੀਆਂ ਜਾਣ ਲਗਭਗ 2 3 4 ਦੇ ਵਿੱਚ ਵਿੱਚ ਇਹ ਸ਼ਾਇਦ ਇਤੋਂ ਕੁ ਸਮਾਂ ਹੋਵੇ ਕੱਲ ਤੱਕ ਤੁਹਾਨੂੰ ਫਿਰ ਅਪਡੇਟ ਕਰ ਦਾਂਗੇ ਤਾਂ ਫਿਰ ਉੱਥੋਂ ਅਗਲੇ ਬੰਨੇ ਜਿੰਸ ਤੱਕ ਗੱਡੀਆਂ ਜਾ ਸਕਦੀਆਂ ਫਿਰ ਅਗਲੇ ਬੰਨੇ ਜਿਹੜਾ ਵਾ ਆਪਣਾ ਉੱਥੇ ਗੱਡੀਆਂ ਖਿਲਾੜ ਕੇ ਫਿਰ ਜਿਹੜੇ ਆ ਚਾਲੇ ਪਾ ਕੇ ਪੈਦਲ ਜਿਹੜਾ ਵਾ ਦਰਬਾਰ ਸਾਹਿਬ ਜਿਹੜਾ ਵਾ ਸ਼ੁਕਰਾਨਾ ਕਰਾਂਗੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਔਰ ਉਦੋਂ ਬਾਅਦ ਫਿਰ ਜਲੇ ਆਲੇ ਬਾਗ ਵਿਸ਼ੇ ਇਦਾਂ ਨੂੰ ਸਰਧਾਂ ਦਿੱਤੀ ਜਾਊਗੀ ਇਹ ਪ੍ਰੋਗਰਾਮ ਹੋਊਗਾ ਉਦੋਂ ਬਾਅਦ ਤਰਨਤਾਰਨ ਜਿਲ੍ਹਾ ਆਪ ਦੇ قافلے ਨਾਲ ਹੁਸ਼ਿਆਰਪੁਰ ਜ਼ਿਲ੍ਹਾ ਉਧਰ ਨੂੰ ਬਾਬਾ ਨੌ ਸਿੰਘ ਦੇ ਸਥਾਨਾਂ ਤੋਂ ਗਾਂ ਤਰਨਤਾਰ ਨੂੰ ਗਾਂ ਫਰੋਜਪੁਰ ਨੂੰ ਵਾਪਸੀ ਕਰੂਗਾ ਗਰਦਾਸਪੁਰ ਜ਼ਿਲ੍ਹਾ ਇਧਰੋਂ ਵਾਪਸੀ ਕਰੂਗਾ ਸਾਡੇ ਨਾਲ ਹੀ ਅਸੀਂ ਫਿਰ ਉਸ ਤੋਂ ਬਾਅਦ ਆਪਣੇ ਅੰਮ੍ਰਿਤਸਰ ਵਾਲੇ ਜਿਵੇਂ ਜਿਵੇਂ ਹੋਣਗੇ ਜਿਹੜਾ ਮੇਰਾ ਹੋਊਗਾ ਰੂਟ ਮਜੀਠਾ ਰੂਟ ਥਾਣੇ ਆਪਾਂ ਬਾਈਪਾਸ ਗਪਾਲ ਨਗਰ ਗਾਂ ਮਜੀਠਾ ਬਾਈਪਾਸ ਮਜੀਠਾ ਇਹ ਏਰੀਆ ਕਵਰ ਕਰਦੇ ਆ ਆਪਣੇ ਗਾ ਜਿਹੜੇ ਪਿੰਡ ਆਉਂਦੇ ਉਹਨਾਂ ਪਿੰਡਾਂ ਥਾਣੀ ਜਦੋਂ ਆਪਣੇ ਨਗਰ ਨੂੰ ਜਦੋਂ ਤੱਕ ਪਹੁੰਚਿਆ ਜਾਊਗਾ ਉੱਥੇ ਪਹੁੰਚਾਂਗੇ ਫਿਰ ਉਹਦੇ ਵਿੱਚ ਜਿਵੇਂ ਜਿਵੇਂ ਕਿਸੇ ਦਾ ਇਲਾਕਾ ਹੋ ਗੋਦੇ ਸਾਬ ਨਾਲ ਉਹ ਚੱਲਦੇ ਰਹਿਣਗੇ ਤਾਂ ਇਹ ਰੂਟ ਤੈਅ ਕੀਤਾ ਸੀ 13 14 ਦਾ ਤੋਂ 11 12 ਨੂੰ ਪੂਰਾ ਸਿੰਘੂ ਬਾਰਡਰ ਅਸੀਂ ਵਿਹਲਾ ਕਰਨਾ ਹੈਗਾ ਵਾ ਇਹਦੇ ਨਾਲ ਦੀ ਨਾਲ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ 13 ਤੇ 14 ਨੂੰ ਦੋ ਦਿਨਾਂ ਰੇਲ ਰੋਕੋ ਐਲਾਨ ਕੀਤਾ ਗਿਆ ਸੀਗਾ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸੋ ਸੂਬਾ ਕਮੇਟੀ ਨੇ देर चली ਸਾਰਿਆਂ ਨ ਵਿਚਾਰ ਪਟਾੰਦਰੇ ਤੋਂ ਬਾਅਦ ਕਾਫੀ ਜਿਆਦਾ ਦੌਰ ਤੋਂ ਬਾਅਦ ਇਹ ਫੈਸਲਾ ਕੀਤਾ ਵੀ ਇਹ ਰੇਲ ਰੋਕੋ ਅੰਦੋਲਨ ਅਸੀਂ 20 ਤੱਕ ਅੱਗੇ ਵਧਾਤਾ ਸੋ 20 ਤਰੀਕ ਨੂੰ ਇਹ ਰੇਲ ਰੋਕੋ ਅੰਦੋਲਨ ਫਿਰ ਇਹ ਐਲਾਨ ਅਗਲੇ ਐਲਾਨ ਤੱਕ ਜਾਰੀ ਰਹੂਗਾ ਜੜੀਆਂ ਪੰਜਾਬ ਸਰਕਾਰ ਨਾਲ ਮੰਗਾਂ ਜੁੜੀਆਂ ਗਿਆ ਪਾਇਲ ਤੇ ਜੜੀਆਂ ਕੇਂਦਰ ਵਾਲੀਆਂ ਬਚ ਗਈਆਂ ਉਹਨਾਂ ਤੇ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਲਖੀਮਪੁਰ ਖੀਰੀ ਤੇ ਕੁਬਾਲਾ ਅਮਨ ਨਹੀਂ ਹੈਗਾ ਜਾਂ ਹੋਰ ਮੁੱਦੇ ਵੀ ਰਹਿ ਗਏ ਆ ਸਾਰਿਆਂ ਤੇ ਆਪਾਂ ਇਹ ਗੱਲਾਂ ਚੱਕਾਂਗੇ ਤੋ ਇਸ ਕਰਕੇ ਰੇਲ ਰੋਕੋ ਅੰਦੋਲਨ ਪੱਕੇ ਪੈਰੀ ਚੱਲੂਗਾ ਸੋ ਨਾਲ ਦੀ ਨਾਲ ਤੁਹਾਡਾ ਇਹ ਵੀ ਬਸ ਆਹ ਪ੍ਰੋਗਰਾਮ ਤੋਂ ਬਾਅਦ ਉਹਦੀ ਤਿਆਰੀ ਕਰਨੀ ਆ ਤਾਂ ਫਿਰ ਅਸੀਂ ਆਰ ਪਾਰ ਤੇ ਜਾਵਾਂਗੇ ਭਈ ਰੇਲ ਰੋਕੋ ਦੇ ਉੱਤੇ ਸੋ ਆਪਣੀਆਂ ਤਿਆਰੀਆਂ ਕਰ ਲਓ ਜਿਹੜੇ ਕੁਝ ਅਸੀਂ ਪੰਜਾਬ ਦੇ ਹਾਲਾਤ ਦੇਖ ਰਹੇ ਤੁਹਾਨੂੰ ਪਤਾ ਹੀ ਆ ਪਈ ਅਜੇ ਤੱਕ ਕਿਵੇਂ ਝੂਠ ਤੇ ਕੁਫਰ ਤੋਲਿਆ ਜਾ ਰਿਹਾ ਸ਼ਹੀਦਾਂ ਨੂੰ ਵੀ ਜਿਹੜੇ ਆ ਨਾ ਤਾਂ ਮਾਪ ਜੇ ਮਿਲ ਸਕੇ ਆ ਤੇ ਨਾ ਹੀ ਕੋਈ ਨੌਕਰੀਆਂ ਚੰਗੀਆਂ ਤਾਂ ਦਿੱਤੀਆਂ ਜਾ ਰਹੀਆਂ ਉਹ ਆંકੜੇ ਜਿਹੜੇ ਆ ਉਹ ਆંકੜੇ ਦਰਸਾਏ ਜਾ ਰਹੇ ਸਰਬਾ ਆંકੜੇ ਦਿੱਤੇ ਜਾ ਰਹੇ ਆ ਔਰ ਗੱਲਾਂ ਅਖਬਾਰਾਂ ਤੇ ਹਵਾਈ ਫੈਰ ਬਹੁਤ ਜ਼ਿਆਦਾ ਪੰਜਾਬ ਸਰਕਾਰ ਕਰ ਰਹੀ ਆ ਚਲੋ ਉੱਥੇ ਜਾ ਕੇ ਫਿਰ 20 ਤਰੀਕ ਦਾ ਰੇਲ ਰੋਕੂ ਅੱਗੇ ਕਰਾਂਗੇ ਹਾਲੇ ਅਸੀਂ ਇੱਥੇ ਰਹੀਏ ਤੋਂ ਇਹ ਫਤਿਹ ਮਾਰਚ ਇਤਿਹਾਸਕ ਜਿਹੜਾ ਬਾਅਦ ਸੀ ਕਰਨਾਮਾ ਜਿਹੜਾ ਇਤਿਹਾਸ ਤੇ ਤੁਹਾਨੂੰ ਜਿੱਤ ਦਿੱਤੀ ਗਈ ਆ ਸੋ ਬਹੁਤ ਵੱਡੀ ਇਹ ਜਿੱਤ ਹੈਗੀ ਆ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਵਾ ਹਰਿਆਣੇ ਦੀ ਬਹੁਤ ਵੱਡੀ ਭੂਮਿਕਾ ਵਾ ਜਿਵੇਂ ਸਰਕਾਰ ਨੇ ਇਨਾ ਸਮਿਆਂ ਦੇ ਵਿੱਚ 26 ਜਨਵਰੀ ਤੋਂ ਬਾਅਦ ਜਿਹੜਾ ਨਰਟਿਵ ਬਣਾਉਣ ਦਾ ਯਤਨ ਕੀਤਾ ਉਹ ਨਰਟਿਵ ਨੂੰ ਹਰਿਆਣੇ ਨੇ ਭੰਨ ਕੇ ਰੱਖਤਾ ਸੋ ਹਰਿਆਣੇ ਦੀ ਭੂਮਿਕਾ ਬਾ ਕਮਾਲ ਆ ਬੜੇ ਤਿੱਖੇ ਅੰਦੋਲਨ ਲੜੇ ਹਰਿਆਣੇ ਨੇ ਹੈਲੀਕਾਪਟਰ ਤੱਕ ਥੱਲੇ ਨਹੀਂ ਉਤਰਨ ਦਿੱਤਾ ਹੈਗਾ ਤਾਂ ਹੀ 48000 ਕੇਸ ਠੋਕੇ ਸੀ ਇਹਨਾਂ ਤੇ ਸੋ ਇਹਨਾਂ ਦਾ ਆਪਣਾ ਹੀ ਯੋਗਦਾਨ ਹੈਗਾ ਵਾ ਗਾ ਜੁਪੀ ਵਾਲਿਆਂ ਦਾ ਆਪਣਾ ਯੋਗਦਾਨ ਆ ਔਰ ਜੁਪੀ ਦੇ ਵਿੱਚ ਉੱਠਦੀ ਲਹਿਰ ਨੂੰ ਜਿਵੇਂ ਕੁਚਲਣ ਲਈ ਅਜੇ ਮਿਸ਼ਰਾ ਜੋਗੀ ਦੀ ਸਰਕਾਰ ਨੇ ਜਿਵੇਂ ਸਿੱਧੀਆਂ ਗੱਡੀਆਂ ਚੜਾਈਆਂ ਨੇ ਔਰ ਮਹਾਨ ਅੰਦੋਲਨ ਦੇ ਵਿੱਚ ਹੋਂਹਾਰ ਜਿਹੜੇ ਸਾਡੇ ਕਿਸਾਨ ਲੀਡਰ ਜਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਵਾ ਇਹ ਆਪਣੇ ਆਪ ਚ ਤੁਹਾਡੇ ਸਾਹਮਣੇ ਆ ਜਿਵੇਂ ਇੱਕ ਪੱਤਰਕਾਰ ਵੀ ਸਾਡਾ ਸ਼ਹੀਦ ਹੋਇਆ ਔਰ ਪੁੱਠੇ ਫਿਰ ਸਾਡੇ ਤੇ ਕੇਸ ਪਾਏ ਆ ਅਸਾਨੂੰ ਜੇਲਾਂ ਚ ਲੈ ਕੇ ਜਾਇਆ ਜਾ ਰਿਹਾ ਵਾ ਇਹ ਆਪਣਾ ਇਤਿਹਾਸ ਆ ਤੋ ਇਸ ਕਰਕੇ ਪੂਰੇ ਦੇਸ਼ ਨੇ ਹਰ ਰੂਪ ਵਿੱਚ ਬਹੁਤ ਸਾਰੇ ਰੂਪਿਆ ਉਹਦੇ ਵਿੱਚ ਸਾਡੇ ਨਾਲ ਖਲੋਤਾ ਰਿਹਾ ਸਾਡਾ ਸਹਿਯੋਗ ਦਿੱਤਾ ਮੋਦੀ ਸਰਕਾਰ ਨੂੰ ਜੜਾਵਾ ਇਹ ਧੂੜ ਚਟਾਉਣ ਵਿੱਚ ਭਾਰਤ ਦੇ ਵੋਟਰਾਂ ਦਾ ਬਹੁਤ ਵੱਡਾ ਹੱਥ ਹੈ ਕਿਸਾਨ ਮਜ਼ਦੂਰ ਦੇ ਰੂਪ ਦੇ ਵਿੱਚ ਉਹ ਸਾਡੇ ਨਾਲ ਇੱਥੇ ਘਟ ਆਏ ਹੁਣ ਵੱਧ ਆਏ ਹੁਣ ਪਰ ਉਹਨਾਂ ਨੇ ਸਾਡੇ ਇਸ ਅੰਦੋਲਨ ਦਾ ਆਹ्वान ਮੰਨ ਲਿਆ ਵੀ ਮੋਦੀ ਸਰਕਾਰ ਨੂੰ ਵੋਟ ਨਹੀਂ ਪਾਉਣੀ ਹੋਈ ਮੋਦੀ ਸਰਕਾਰ ਸਰਵਿਆਂ ਤੋਂ ਡਰ ਗਈ ਤੇ ਆ ਚੱਲੀ ਆ ਸੱਤਾ ਲਖੀਮਪੁਰ ਖੀਰੀ ਨੇ ਉਹਦੀਆਂ ਜੜਾ ਪੁੱਟ ਕੇ ਰੱਖ ਦਿੱਤੀਆਂ ਉਦੋਂ ਪਹਿਲੋ ਹੀ ਪੂਰੇ 1 ਸਾਲ ਦੇ ਅੰਦੋਲਨ ਨੇ ਜਿਹੋ ਜੀ ਮਾਰ ਮਾਰੀ ਸੀ ਤੇ ਇਹ ਅੰਤਮ ਦੌਰ ਵਿੱਚ ਉਹ ਪਟਿਆ ਗਿਆ ਔਰ ਉਹਨੇ ਪਾਪਸ ਮੁੜਨ ਦਾ ਫੈਸਲਾ ਕਰ ਲਿਆ ਸੋ ਇਸ ਕਰਕੇ ਭਰਾਓ ਅੰਦੋਲਨ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਬਹੁਤ ਵੱਡੇ ਯੋਗਦਾਨ ਔਰ ਜਿਵੇਂ ਪੰਜਾਬੀਆਂ ਨੇ ਇਹ ਅੰਦੋਲਨ ਨੂੰ ਸ਼ੁਰੂਆਤ ਕੀਤੀ ਹੈ ਇਹ ਗਜਬ ਦਾ ਗਜਬ ਦਾ ਅੰਦਲ ਤੋਂ ਉਹਨਾਂ ਦਾ ਪੂਰੀ ਸਮੂਥਲੀ ਪੰਜਾਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡੇ ਉਹਨਾਂ ਨੇ ਜਿਹੜੇ ਇਸ ਵਿੱਚ ਯੋਗਦਾਨ ਦਿੱਤਾ ਅਰੇ ਤੋਂ ਗਾਂ ਪੂਰੇ ਕਮਾਂਤਰੀ ਪੱਦਰ ਤੇ ਪੰਜਾਬੀ ਭਾਰਤੀ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਜਿਵੇਂ ਵਿਰੋਧ ਹੋਇਆ ਮੋਦੀ ਦਾ ਔਰ ਪੂਰੀ ਦੁਨੀਆ ਨਾਲ ਖੜੀ ਆ ਪੂਰੀ ਦੁਨੀਆ ਦੇ ਐਮਪੀਸ ਐ ਐਮਐਲਏ ਉੱਥੋਂ ਦੇ ਫੋਰਨ ਸੈਕਟਰੀਜ਼ ਜਾਂ ਉੱਥੋਂ ਦੇ ਪ੍ਰਧਾਨ ਮੰਤਰੀਆਂ ਨੂੰ ਇਹਨਾਂ ਮੁੱਦਿਆਂ ਤੇ ਬੋਲਣਾ ਪਿਆ ਤੇ ਇਹ ਪੰਜਾਬੀਆਂ ਦਾ ਕਰਕੇ ਬੋਲਣਾ ਪਿਆ ਔਰ ਜਿਵੇਂ ਇੱਥੇ ਧਾਰਮਿਕ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਡਾਕਟਰ ਸਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਟਰਾਂਸਪੋਰਟਰਾਂ ਦਾ ਆਪਣਾ ਵਕੀਲ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਲਾਜ਼ਮਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਵਾ ਮਤਾਵਾ ਪੈਣਾ ਦੀ ਮੋਰਚਿਆਂ ਵਿੱਚ ਇੱਕ ਲਾਹ ਮਸਾਲਾ ਨੋਖੀ ਜਿਹੜੀ ਅਸੀਂ ਉਹ ਦੇਖੀ ਆ ਸਾਡੇ ਲੋਕਲ ਭਰਾ ਜਿਹੜੇ ਵੀ ਹੋਣ ਦਿੱਲੀ ਦੇ ਵਿੱਚ ਜਿਹੜਾ ਦਿਲ ਖੋਲ ਕੇ ਉਹਨਾਂ ਨਾਲ ਸਾਡੇ ਖੜੇ ਆ ਇਹ ਤਾਂ ਆਪਣੀ ਕਮਾਲ ਦੀ ਗੱਲ ਸੀ ਹੈਗੀ ਤੇ ਇਹ ਸਾਰੀਆਂ ਕੋਈ ਵਰਗ ਇਹੋ ਜਿਹਾ ਹੈ ਨਹੀਂ ਜਿਵੇਂ ਗਾयक ਵੀਰਾ ਨੇ ਇਸ ਅੰਦੋਲਨ ਵਿੱਚ ਭੂਮਿਕਾ ਨਿਭਾਈ ਆ ਲੋਕਪੱਖੀ ਡਾਇਰੈਕਟਰਸ ਹੋਣ ਇਹਦੋਂ ਗਾ ਲੋਕਪੱਖੀ ਐਕਟਰਸ ਹੋਣ ਸਾਡੇ ਧਾਰਮਿਕ ਕਵੀਸ਼ਰ ਰਾਗੀ ਢਾਡੀ ਜਾਨੀ ਕੀਰਤਣੀਏ ਸੋ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਇਹਦੋਂ ਗਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਪੰਜਾਬ ਦੀਆਂ ਪੁਰਗੀਆਂ ਪੰਚਾਇਤਾਂ ਜਿਹੜਾ ਧੜੇਬੰਦੀ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠੀਆਂ ਉਹਨਾਂ ਦਾ ਰੋਲ ਵੀ ਬਾ ਕਮਾਲ ਰੋਲ ਆ ਔਰ ਸਭ ਤੋਂ ਨਤਮਸਤਕ ਹੋਣਾ ਪਈਦਾ ਪੰਜਾਬ ਦੀ ਜਵਾਨੀ ਨੂੰ ਨੌਜਵਾਨਾਂ ਨੇ ਬਹੁਤ ਵੱਡਾ ਰੋਲ ਅਪਣਾਇਆ ਜਿਵੇਂ ਅਸੀਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਪਰ ਅਸੀਂ ਦਾ ਕਮਾਲ ਦੀ ਇੱਥੇ ਦੇਖੀ ਨੌਜਵਾਨਾਂ ਦੀ ਭੂਮਿਕਾ ਤੋਂ ਬਹੁਤ ਵੱਡੀ ਗੱਲ ਆ ਤੋਂ ਸਾਨੂੰ ਇਹ ਸਾਰਾ ਅੰਦੋਲਨ ਆਪਦੇ ਸ਼ਹੀਦਾਂ ਨੂੰ ਸਮਰਪਿਤ ਕਰਨਾ ਚਾਹੀਦਾ ਉਹਨਾਂ ਦੀਆਂ ਲਾਹਮਿਸਾਲ ਕੁਰਬਾਨੀਆਂ ਵਾਂ ਅੱਜ ਵੀ ਇੱਥੇ ਸਿੰਘੂ ਮੋਰਚੇ ਤੇ ਸ਼ਹਾਦਤ ਹੋਈ ਆ ਕੱਲ ਸਾਡਾ ਇਥੇ ਆਗੂ ਸੀਗਾ ਕੱਲ ਬਿਮਾਰ ਹੋਇਆ ਉਹਦੀਆਂ ਖਬਰਾਂ ਮਿਲ ਰਹੀਆਂ ਨੇ ਆ ਜਾਣਾ ਸਾਡੇ ਕੋਲੇ ਕਿ ਪੰਜਾਬ ਜਾ ਕੇ ਹਸਪਤਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ ਆ ਉਹਦੇ ਪੋਸਟਮਾਰਟ ਮਹਨ ਕਰਾਇਆ ਜਾਊਗਾ ਤਾਂ ਬਹੁਤ ਵੱਡੀਆਂ ਜੜੀਆਂ ਵਾ ਇਥੇ ਅੰਦੋਲਨ ਵਿੱਚ ਸ਼ਹਾਦਤ ਤਾਂ ਹੋਈਆਂ ਸਾਰੇ ਸ਼ਹੀਦਾਂ ਨੂੰ ਜਿਹੜਾ ਵਾ ਉਹ ਇਹ ਸਮਰਪਿਤ ਕਰਾਂਗੇ ਅੰਦੋਲਨ ਅਰੇ ਤੋਂ ਕਾ ਫਤਿਹ ਮਾਰਚ ਵਿੱਚ ਸਾਰਿਆਂ ਵੀਰਾਂ ਨੂੰ ਬੇਨਤੀ ਆ ਪੂਰੀ ਤਰ੍ਹਾਂ ਝੰਡੇ ਡੰਡੇ ਲੈ ਕੇ ਜਿਹੜਾ ਵਾ ਉਸ ਮਾਰਚ ਵਿੱਚ ਪਹੁੰਚਿਆ ਜਾਵੇ ਤੇ ਆਪਣੀ ਸਭ ਤੋਂ ਵੱਡੀ ਜਥੇਬਦੀ ਦੀ ਪਛਾਣ ਪਛਾਣ ਡਿਸਪਲਨ ਜਾਪਦਾ ਰਿਹਾ ਤੋ ਇਹ ਵੀ ਤੁਸੀਂ ਗਾਂ ਵੀ ਵਿਖਾਉਣੀ ਆ ਐ ਜਿਸ ਤਰ੍ਹਾਂ ਨਾ ਪ੍ਰੋਗਰਾਮ ਬਣਦਾ ਉਸ ਪ੍ਰੋਗਰਾਮ ਦੇ ਹਿਸਾਬ ਨਾਲ ਚੱਲਣਾ ਵਾ ਪੰਜਾਬ ਨੂੰ ਜਾਣ ਵਾਲੇ ਜਿਹੜੇ ਆ ਉਹ ਖਾਸਿਆਂ ਦਾ ਆਰ ਇਹ ਤੋਂ ਗਾਂਹ ਜੜੇ ਜਿਹੜੇ ਜਥੇ ਇੱਥੋਂ ਹੌਲੀ ਹੌਲੀ ਅਸੀਂ ਕੈਂਪ ਚੋਂ ਬੰਦੇ ਤੋਰਨੇ ਆ ਖਾਸ ਕਰਕੇ ਡਰਾਈਵਰ ਬਿਲਕੁਲ ਪੰਜਾਬ ਦੇ ਹਾਸਿਆਂ ਤੋਂ ਬਸ ਕੇ ਔਰ ਪੂਰੀ ਸੁੰਦਰਤਾ ਨਾ ਜਾਣ ਪੀ ਬੜੇ ਥਲੜੀਆਂ ਲੈਣਾ ਚੱਲ ਕੇ ਜਿਹੜਾ ਵਾ ਵਾਪਸ ਆ ਜਾਏ ਅਰ ਜਿਹੜਾ ਅਸੀਂ ਇੱਥੋਂ ਮਾਰਚ ਕਰਨਾ ਮੋਦੇ ਵਿੱਚ ਵੀ ਡਿਸਪਲਨ ਜਾਬਤਾ ਸਰੇ ਦਾ ਰਹਿਣਾ ਚਾਹੀਦਾ ਸੋ ਅੱਜ ਜਿਹੜਾ ਆਪਣੀ ਜਥੇਬੰਦੀ ਨੇ ਜਿਹੜੇ ਆਪਣੇ ਐਲਾਨ ਕੀਤੇ ਸੀ ਮੈਂ ਤੁਹਾਨੂੰ ਦੱਸ ਦਿੱਤੇ ਦੁਬਾਰਾ ਫਿਰ ਰਿਪੀਟ ਕਰ ਦਿਆਂ ਪੀ ਅੱਜ ਜਿਹੜਾ ਸਨਮਾਨ ਸਮਾਗਮ ਕਰਾਂਗੇ ਕਮੰਤਰੀ ਮਨੁੱਖੀ ਅਧਿਕਾਰ ਦਿਹਾੜਾ ਮਨਾਵਾਂਗੇ ਅਰ ਇਹ ਤੋਂ ਗਾਹਾਂ ਜਿਹੜਾ ਵਾ 11 ਤੇ 12 ਨੂੰ ਇਹ ਸਾਰਾ ਸਿੰਘੂ ਬਾਰਡਰ ਬੇਲਾ ਕਰਾਂਗੇ 13 ਤਰੀਕ ਨੂੰ 8 ਵਜੇ ਰਕਾਬਗਨ ਸਾਹਿਬ ਸ਼ੀਸ਼ ਕਾ ਸਾਪ ਨਤਮਸਤਕ ਹੋਵਾਂਗੇ ਪਰ ਉਹ ਤੋਂ ਕਾ ਜੜੀ ਆ ਵਾਪਸੀ ਪੰਜਾਬ ਵੱਲ ਨੂੰ ਹਰਿਆਣਾ ਫਿਰ ਰਾਤ ਜਾ ਕੇ ਅਸੀਂ ਸਰਹੰਦ ਜੜਾ ਬਾ ਉੱਥੇ ਬੈਠਾਂਗੇ ਉੱਥੇ ਉੱਥੇ ਗੱਲਬਾਤ ਕਰਾਂਗੇ ਔਰ ਉਹ ਤੋਂ ਕਾ ਪੰਜਾਬ ਨੂੰ ਫਿਰ ਆਪਾਂ ਚਾਲੇ ਪਾਵਾਂਗੇ ਸੋ ਜਿਹੜਾ ਸਾਡਾ ਰੇਲ ਰੋਕੋ ਪ੍ਰੋਗਰਾਮ ਸੀਗਾ ਉਹ ਅ 13 ਦਾ ਜਿਹੜਾ ਬਾ ਚੱਕ ਕੇ ਉਹਨ 20 ਤਰੀਕ ਨੂੰ ਕਰ ਦਿੱਤਾ ਸਾਨੂੰ ਪੂਰੀ ਆਸ ਆ ਪੰਜਾਬੀਓ ਦੇਸ਼ਵਾਸੀਓ ਪੂਰੂਪਚ ਇਹਨਾ ਪ੍ਰੋਗਰਾਮ ਵਿੱਚ ਵੀ ਬਾਤ ਚੜ ਕੇ ਤੁਸੀਂ ਹਿੱਸਾ ਲਓਗੇ ਔਰ ਜਿਵੇਂ ਸਹਿਯੋਗ ਮਿਲਿਆ ਜਥੇ ਬੰਦੇ ਦਾ ਜਿਵੇਂ ਸਾਹ ਦਿੱਤਾ ਪੂਰੀ ਦੁਨੀਆ ਦੇਸ਼ ਪੰਜਾਬੀਆਂ ਨੇ ਉਹ ਆਥਾ ਸਵਾਵਾ ਔਰ ਜਿਵੇਂ ਇਸ ਘੋਲ ਦੇ ਵਿੱਚ ਪ੍ਰੈਸ ਦੀ ਭੂਮਿਕਾ ਰਹੀ ਆ ਖਾਸ ਕਰਕੇ YouTube ਵਾਲੇ ਜਿੰਨੇ ਵੀ ਚੈਨਲ ਸੀਗੇ ਸਾਡੇ ਸੋਸ਼ਲ ਮੀਡੀਆ ਕਮਾਲ ਦੀ ਗੱਲ ਆ ਕਮਾਲ ਕਰਕੇ ਰੱਖ ਦਿੱਤੀ ਜਿਵੇਂ ਅਸੀਂ ਦੇਖਿਆ ਸਾਡੇ ਡਿਵਿਟਰ ਤੇ ਬੰਦਿਆਂ ਨੇ ਕੰਮ ਕੀਤਾ ਵਾ ਉਹ 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 ਵੀ ਇੰਸਟਾਗ੍ਰam ਹੋ ਗਿਆ ਜਿੰਨੀਆਂ ਵੀ ਸੋਸ਼ਲ ਸਾਈਟਾਂ ਸੀ ਕਮਾਲ ਦੀ ਗੱਲ ਹੈਗੀ ਆ ਸਾਰਿਆਂ ਦੇ ਸੀ ਰਿਣੀ ਆ ਧੰਨਵਾਦੀਆਂ ਜਿਨ੍ਹਾਂ ਨੇ ਇਹਨਾਂ ਸਾਨੂੰ ਮਾਣ ਬਖਸ਼ਿਆ ਸੋਸ਼ਲ ਮੀਡੀਆ ਤੇ ਬਾਕੀ ਪੰਜਾਬੀ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਆ ਇਹ ਤੋਂ ਕਾ ਹਰਿਆਣੇ ਵਾਲਾ ਵੀ ਜਿੰਨਾ ਸੋਸ਼ਲ ਮੀਡੀਆ ਸੀਗਾ ਉਹਨਾਂ ਦੀਆਂ ਵੀ ਗਜ਼ਬ ਦੀਆਂ ਦੇਸ਼ ਦਾ ਸੋਸ਼ਲ ਮੀਡੀਆ ਵੀ ਪੰਜਾਬ ਦੇ ਮੀਡੀਆ ਨੇ ਦੇਖੋ ਕਿਸੇ ਵੀ ਚੈਨਲ ਦੀ ਪਾਲਸੀ ਹੁੰਦੀ ਆ ਪਰ ਪੰਜਾਬ ਦੇ মিডিਆ ਨੇ ਹਰ ਤਰ੍ਹਾਂ ਦਾ ਸਪੋਰਟ ਕਰਨ ਦਾ ਯਤਨ ਕੀਤਾ ਭਾਵੇਂ ਚੈਨਲ ਦੀ ਪਾਲਿਸੀ ਕੁਝ ਹੋਰ ਸੀ ਪਰ ਉਹਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੀ ਗੱਲ ਕੀਤੀ ਹੈਗੀ ਆ ਭਾਵੇਂ ਵੀ ਕਾਰਪੋਰੇਟ ਪੱਖੀ ਆਹੇ ਸਾਰਾ ਕਬੱਡੇ ਚੈਨਲ ਜਿਹੜੇ ਆ ਇਹਦੇ باوجود ਜਿੰਨੇ ਸਟੈਂਡ ਕੀਤਾ ਪੰਜਾਬ ਦੇ মিডিਆ ਨੇ ਆਪਣਾ ਆਪ ਵਿੱਚ ਬਹੁਤ ਵੱਡੀ ਗੱਲ ਹੈ ਤਾਂ ਸਾਰਿਆਂ ਦਾ ਅਸੀਂ ਧੰਨਵਾਦ ਕਰੀਆ ਇਹ ਸਾਡਾ ਪ੍ਰੋਗਰਾਮ ਆ ਭਰਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ